ਪੰਜਾਬ ਵਿੱਚ ਇਥੇ ਨੌਜਵਾਨ ਕੁੜੀ ਨੂੰ ਮੋਬਾਈਲ ਦੇ ਕਾਰਨ ਦਿੱਤੀ ਗਈ ਇਸ ਤਰ੍ਹਾਂ ਮੌਤ ਸ਼ਾਈ ਸੂਕ ਦੀ ਲਹਿਰ ਹਾਂਜੀ ਦੋਸਤੋ ਹੁਣ ਪੰਜਾਬ ਵਿੱਚ ਇਥੇ ਨੌਜਵਾਨ ਕੁੜੀ ਨੂੰ ਮੋਬਾਈਲ ਦੇ ਕਾਰਨ ਮੌਤ ਦਿੱਤੀ ਗਈ ਜਿਸ ਦੇ ਕਾਰਨ ਸੂਕ ਦੀ ਲਹਿਰ ਫੈਲ ਗਿਆ ਸਭ ਤੋਂ ਪਹਿਲਾਂ ਤੁਸੀਂ ਕੁੜੀ ਦੀ ਤਸਵੀਰ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਉਸ ਤੋਂ ਬਾਅਦ ਤੁਹਾਡੇ ਨਾਲ ਜਾਣਕਾਰੀ ਸਾਰੀ ਡਿਟੇਲ ਵਿੱਚ ਸਾਂਝੀ ਕਰਦੇ ਹਾਂ ਹਾਂਜੀ ਦੋਸਤੋ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਲੁੱਟ ਖੋਹ ਦੀ ਘਟਨਾ ਅੰਮ੍ਰਿਤਸਰ ਦੇ ਸ਼ਹਿਰਟਾ ਰੋਡ ਤੇ ਆਟੋ ਵਿੱਚ ਇੱਕ ਲੜਕੀ ਦੇ ਨਾਲ ਵਾਪਰੀ ਜਿੱਥੇ ਲੜਕੀ ਰਜਨੀ ਦੀ ਮੌਤ ਹੋ ਗਿਆ ਤੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੇ ਇੱਕ ਸ਼ੁਰੂ ਵਿੱਚ ਆਪ ਕਾਮ ਕਰਨ ਦੇ ਦੌਰਾਨ ਵਾਪਸ ਆਪਣੇ ਘਰ ਆ ਰਹੀ ਤੇ ਰਜਨੀ ਵੱਲੋਂ ਆਪਣਾ ਫੋਨ ਹੱਥ ਵਿੱਚ ਫੜਿਆ ਹੋਇਆ ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਰਜਨੀ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਰਜਨੀ ਨੇ ਮਜ਼ਬੂਤੀ ਦੇ ਨਾਲ ਫੋਨ ਫੜਿਆ ਹੋਇਆ ਸੀ ਤੇ ਇਸੇ ਤਰ੍ਹਾਂ ਇਸ ਦੌਰਾਨ ਹੀ ਲੋਟੇਰਿਆਂ ਵੱਲੋਂ ਮੋਬਾਈਲ ਖੇਚਣ ਲਈ ਝਟਕੇ ਦੇਣੇ ਸ਼ੁਰੂ ਕੀਤੇ ਗਏ ਜਿਸ ਕਾਰਨ ਲੜਕੀ ਰਜਨੀ ਆਲਟੋ ਤੋਂ ਆਟੋ ਤੋਂ ਢੇਠਾਂ ਡੈਗ ਪਈ ਅਤੇ ਜਿਸ ਦੇ ਸਿਰ ਦੇ ਉੱਪਰ ਸੱਟ ਲੱਗਣ ਕਾਰਨ ਉਸ ਨੂੰ ਦਾ ਹਸਪਤਾਲ ਦਾਖਲ ਕਰਵਾਏ ਜਾਂ ਤੇ ਡਾਕਟਰਾਂ ਵੱਲੋਂ ਮ੍ਰਿਤਕ ਕੋਸ਼ਿਤ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਕਰਨ ਲਈ ਪੁਲਿਸ ਵੱਲੋਂ ਸ਼ਹਿਰ ਦੇ ਆਸ-ਪਾਸ ਲਗਾਏ ਗਏ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਤੇ ਲੋਟੇਰੇ ਫੋਨ ਚੋਰੀ ਕਰਕੇ ਬਾਈਕ ਤੇ ਫਰਾਰ ਹੋ ਗਏ ਹਨ ਤੇ ਹੁਣ ਪੁਲਿਸ ਵੱਲੋਂ ਲਟੇਰਿਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਦਵਾਇਆ ਗਿਆ ਹੈ